ਵਿਊਅਰਸ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਬੜੀ ਅਹਿਮ ਵੀਡੀਓ ਲਾਏ ਹਾਂ ਤੇ ਇੱਕ ਈ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਇਹਦੇ ਵਿੱਚ ਦਾ ਟੌਪਿਕ ਹੈ ਜੀ ਬੱਠੇ ਤੇ ਇੱਟਾਂ ਕਿਹੜੀਆਂ ਬਣਦੀਆਂ ਨੇ ਕਿਵੇਂ ਬਣਦੀਆਂ ਨੇ ਸਭ ਤੋਂ ਪਹਿਲੇ ਤਾਂ ਜੀ ਉਹ ਕਿਹੜਾ ਸਾਹਮਣੇ ਤੁਹਾਨੂੰ ਗਰਾਊਂਡ ਨਜ਼ਰ ਆ ਰਿਹਾ ਜੀ ਉੱਥੇ ਜੀ ਕੱਚੀਆਂ ਇੱਟਾਂ ਬਣਦੀਆਂ ਨੇ ਉਹ ਕੱਚੀਆਂ ਇੱਟਾਂ ਬਣਨ ਤੋਂ ਬਾਅਦ ਉਹਨਾਂ ਨੂੰ ਖੋਤੀ ਰੇੜੀ ਤੇ ਆਤੇ ਲੈ ਕੇ ਆਂਦੇ ਨੇ ਮੁਖਤਲਿਫ ਮਜ਼ਦੂਰ ਜਦੋਂ ਉਹਨੂੰ ਇੱਥੇ ਲੈ ਕੇ ਆਂਦੇ ਨੇ ਫਿਰ ਉਹ ਮਜ਼ਦੂਰ ਉਹ ਹੀ ਮਜ਼ਦੂਰ ਉਹ ਬੜੀ ਹਾਰਤ ਦੇ ਨਾਲ ਤੇ ਬੜੇ ਐਕਸਪੀਰੀਅੰਸ ਦੇ ਨਾਲ ਉਹਨਾਂ ਨੂੰ ਇਸ ਤਰ੍ਹਾਂ ਜੋੜ ਦਿੰਦੇ ਨੇ ਆਹ ਜੀ ਕੱਚੀ ਇੱਟੇ ਸਾਰੀ ਸਾਰੀ ਜੋ ਵੀ ਤੁਹਾਨੂੰ ਇੱਟ ਨਜ਼ਰ ਆ ਰਹੀ ਏ ਸਾਰੀ ਕੱਟੀ ਹੋਈ ਏ ਯਾਨੀ ਉਹਨੂੰ ਕੱਟ ਕੇ ਤੇ ਇੱਕ ਬੜੇ ਖੂਬਸੂਰਤ ਤਰੀਕੇ ਨਾਲ ਨਾਇਆ ਗਿਆ ਉਸ ਤੋਂ ਬਾਅਦ ਇੱਥੇ ਜੋੜ ਦਿੱਤਾ ਗਿਆ ਔਰ ਇਹ ਸਾਰੀ ਕੱਚੀ ਇੱਟੇ ਔਰ ਆ ਵੇਖੋ ਵਿੱਚੋਂ ਦੋਨੋਂ ਸੁਰਾਖ ਨਜ਼ਰ ਆ ਰਹੇ ਨੇ ਨਾ ਹਾਂ ਇਹ ਕਿਹੜੇ ਸੁਰਾਖ ਅੱਗੇ ਨੇ ਜੀ ਇਸ ਚੀਜ਼ ਦੀ ਇੰਡੀਕੇਸ਼ਨ ਹੈਗੀ ਏ ਕਿ ਇੱਥੋਂ ਅੱਗ ਅੱਗੇ ਆਂਦੀ ਹੈ ਯਾਨੀ ਤੋੜ ਤਿੱਕਰ ਫਿਰ ਅੱਗ ਕਿਹੜੀ ਹੈ ਨਾ ਉਹ ਹਰ ਹਿੱਸੇ ਵਿੱਚ ਪਹੁੰਚਦੀ ਹੈ ਔਰ ਜਦੋਂ ਅੱਗ ਹਰ ਹਿੱਸੇ ਵਿੱਚ ਪਹੁੰਚਦੀ ਹੈ ਆ ਵੇਖੋ ਜੀ ਹਰ ਹਿੱਸੇ ਤੇ ਤੁਹਾਨੂੰ ਨਜ਼ਰ ਆਵੇਗਾ ਯਾਨੀ ਇੱਕ ਮੁਕੰਮਲ ਔਰ ਸੀਜਰ ਫਾਲੋ ਹੁੰਦਾ ਹੈ ਔਰ ਉਸ ਤੋਂ ਬਾਅਦ ਇਟਾ ਆਂਦੀਆਂ ਨੇ अच्छा कच्ची ईट को तो अपन देने ਵਿੱਚ ਜੋੜ ਤੇ ਉਸ ਤੋਂ ਬਾਅਦ ਫਿਰ ਉਹ ਇਟ ਨੂੰ ਉਤੋਂ ਅੱਗ ਲਾਈ ਜਾਂਦੀ ਹੈ ਉਤੋਂ ਅੱਗ ਲਾਈ ਜਾਂਦੀ ਹੈ ਉਹ ਅੱਗ ਪੂਰੇ ਅੱਠੇ ਦੇ ਵਿੱਚ ਜਾਂਦੀ ਹੈ ਫੈਲ ਹਰ ਹਿੱਸੇ ਦੇ ਵਿੱਚ ਹਰ ਹਿੱਸੇ ਦੇ ਵਿੱਚ ਫੈਲਣ ਤੋਂ ਬਾਅਦ ਫਿਰ ਇਹ ਹੁੰਦਾ ਜੀ ਕਿ ਇਸ ਤਰ੍ਹਾਂ ਅੱਕੀ ਇਟ ਬਣ ਜਾਂਦੀ ਆ ਵੇਖੋ ਜੀ ਬੜੀ ਬਿਹਤਰੀਨ ਇਟ ਬੜੀ ਬਿਹਤਰੀਨ ਇਟ ਬਣਦੀ ਜੀ ਖੂਬਸੂਰਤ ਇਟ ਬਣਦੀ ਹੈ ਮਸ਼ੀਨੀ ਇਟ ਬਣਦੀ ਏ ਯਾਨੀ ਇਟ ਦੀ ਅੱਗੇ ਮਖਤਲਫ ਇਕਸਾਮਜ਼ ਹੁੰਦੀਆਂ ਨੇ ਤੇ ਇਸ ਤਰ੍ਹਾਂ ਇਟਾਂ ਹੁੰਦੀਆਂ ਨੇ ਜੀ ਰੈਡੀ ਇਹ ਇੱਕ ਪ੍ਰੋਸੀਜਰ ਏ ਇੱਕ ਬੜੇ ਔਰ ਇੱਕ ਬੜੀ ਅਨਕਾਰੀ ਨਾਲੇ ਹੁੰਦਾ ਸਾਰਾ ਕੰਮ ਇਹ ਜੀ ਐਵੇਂ ਨਹੀਂ ਹੁੰਦਾ ਕੰਮ ਇਹਦੇ ਵਾਸਤੇ ਇੱਕ ਬੜਾ ਪ੍ਰੋਸੀਜਰ ਹੁੰਦਾ ਤੇ ਜਦੋਂ ਇਟਾਂ ਸਾਰੀਆਂ ਪਣ ਜਾਂਦੀਆਂ ਨੇ ਉਹ ਜਿਸ ਤਰ੍ਹਾਂ ਇਟ ਨੂੰ ਪੱਕ ਗਈ ਉਹ ਫਿਰ ਉਹਨਾਂ ਨੂੰ ਰੈਡੀ ਨਾਲੇ ਤੋਂ ਬਾਹਰ ਕੱਢ ਕੇ ਇੱਥੇ ਫਿਰ ਛੋੜ ਦਿੱਤਾ ਜਾਂਦਾ ਹੈ ਔਰ ਫਿਰ ਜਦੋਂ ਜੋੜਦੇ ਨੇ ਤੇ ਫਿਰ ਅੱਗੇ ਇੱਟਾਂ ਦੀਆਂ ਮੁxtਲਿਫ ਇਕਸਾਮਸ ਹੋ ਜਾਂਦੀਆਂ ਨੇ ਉਹਨਾਂ ਇਕਸਾਮਾਂ ਵਿੱਚ ਇਹ ਹੁੰਦਾ ਹੈ ਕਿ ਕੁਛ ਬਹੁਤ achi ਹੁੰਦੀ ਏ ਉਹਦੇ ਵਿੱਚੋਂ ਕੁਛ ਬਹੁਤ achi ਹੁੰਦੀ ਕੁਛ ਨਾਰਮਲ ਹੁੰਦੀ ਤੇ ਕੁਛ ਤਾਂ ਇਸ ਤਰ੍ਹਾਂ achi ਹੁੰਦੀ ਕਿ ਉਹਨਾਂ ਦਾ ਉਹਨਾਂ ਨਾਂ ਅੱਗੇ ਨਾਂ ਰੱਖ ਦਿੱਤਾ ਜਾਂਦਾ ਕੋ ਅਵਲ ਦੋ ਸੋਮ ਇਸ ਤਰ੍ਹਾਂ ਇਟਾਂ ਦਾ ਨਾਂ ਰੱਖਿਆ ਜਾਂਦਾ ਸੋ ਵੀਵਰਸ ਦਨੋ ਅਗਰ ਸਾਡੀ ਅੱਜ ਦੀ ਵੀਡੀਓ ਅੱਛੀ ਲੱਗੀ ਏ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੀਏਗਾ ਤੇ ਅਸੀਂ ਹੈ ਦੋ ਸਪੀਕਰ ਇੱਕ ਵੱਡਾ ਸਪੀਕਰ ਤੇ ਇੱਕ ਛੋਟਾ ਤੇ ਅਸੀਂ ਤੁਹਾਨੂੰ ਅੱਜ ਦੀ ਗੈੜੀ ਮਾਲੂਮਾਤ ਦਿੱਤੀ ਏ ਉਹਦੇ ਬਾਰੇ ਆ ਇੱਕ ਵੇਖ ਲਓ ਜੀ ਇੱਕ ਆ ਵੀ ਮੇਰੇ ਨਾਲ ਮੇਰਾ ਪੁੱਤਰ ਇਹ ਵੀ ਆ ਇਹਨਾਂ ਦਾ ਆਇਨਾ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਸਾਰੀਆਂ ਇੱਟਾਂ ਬਣਦੀਆਂ ਨੇ ਤੇ ਇਹਦਾ ਪ੍ਰੋਸੀਜਰ ਕੀ ਹੁੰਦਾ ਸੋ ਅੱਲਾ ਹਾਫਿਜ਼ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੇ ਆ ਗਿਆ ਜੇ ਤੁਸੀਂ ਇਹ ਭੁੱਲ ਗਏ ਤੇ ਆਹ ਇਹਦਾ ਵਾਸਤੇ ਸਾਨੂੰ ਹਿੰਮਤ ਨਹੀਂ ਮਿਲਦੀ ਸਾਨੂੰ ਤਾਕਤ ਨਹੀਂ ਮਿਲਦੀ ਕਿ ਅਸੀਂ ਨਵੀਂ ਵੀਡੀਓ ਤੁਹਾਡੇ ਵਾਸਤੇ ਬਣਾਈਏ ਅੱਲਾ ਹਾਫਿਜ਼ ਵੀਵਰਸ